ਦੇਖੋ ਮਹਿਫਲਾਂ ਬੰਦਿਆਂ ਨਾਲ ਲਾਉਣੀਆਂ, ਨੀਅਤ ਸਾਫ਼, ਮੰਜ਼ਲ ਆਸਾਨ, ਬੰਦੇ ਥੋੜ੍ਹੇ ਜਿਹੇ ਐਪਰੀਸ਼ੀਏਟ ਕਰਾਂ ਫਿਰ ਮਜ਼ਾ ਆਸਣਾ, ਅਤੇ ਉਹ ਮਜ਼ਾ ਆਇਆ, ਇੰਜੋਏ ਕੀਤਾ ਅਸਾਂ, ਬੇਪਨਾਹ ਇੱਜ਼ਤ ਮਿਲੀ, ਬੇਪਨਾਹ ਮੁਹੱਬਤ ਮਿਲੀ। ਤਕਰੀਬਨ ਕੋਈ ਵੀ ਐਸਾ ਪ੍ਰੋਗਰਾਮ ਨਹੀਂ ਹੋਇਆ ਜਿਹੜਾ ਅੱਲਾ ਨੇ ਹੁਕਮੇ ਨਾਲ ਫੇਲ ਹੋਈ ਗਿਆ ਵੈ, ਜਾਂ ਉਸਨੇ ਬਾਰੇ ਕੋਈ ਬੰਦਾ ਗੱਲ ਕਰੀ ਸਕਿਆ, ਯਾਰਾ ਬੰਦੇ ਕੋਈ ਨਹੀਂ ਸਨ, ਜਾਂ ਸ਼ੇਰ ਮਾੜੇ ਬੋਲੇ। ਮਾਸ਼ਾਅੱਲਾ ਜੀ, ਅਲਫਾਜ਼ ਕੋਈ ਨਹੀਂ ਕਿ ਮੈਂ ਬਿਆਨ ਕਰਾਂ, ਸਪੈਸ਼ਲੀ ਸ਼ੇਰ ਖਾਨ ਦੀ ਦੀਆਂ ਮਹਿਫਲਾਂ ਅੱਜ ਕੱਲ੍ਹ ਤਾਂ ਇੰਨਾ ਹਰ ਲਿਹਾਜ਼ ਨਾਲ ਜਿਹੜਾ ਨਾ ਕਿ ਕੋਈ ਕਸਰ ਨਹੀਂ ਛੱਡ। ਜੇ ਬਿਲਖਸੂਸ ਅੱਜ ਮੈਨੂੰ ਇਹ ਚੀਜ਼ ਵੀ ਅੱਛੀ ਲੱਗੀ ਕਿ ਸਭ ਤੋਂ ਜ਼ਿਆਦਾ ਸ਼ੇਰਾਂ ਨੇ ਸੁਣੀ ਅਰਸਣ ਹੋਣੀ, ਤਾਂ ਮਹਿਫਲ ਸ਼ੇਰਖਾਨੀ ਹੈ ਨਾ। 2015 ਸੁੱਕਣੀ ਅਤੇ 2024 ਜਾਣਾ ਪਿਆ ਅੱਲਾ ਨੇ ਹੁਕਮੇ ਨਾਲ। ਅੱਜ ਦਿਨ ਤੱਕ ਜਿਤਨੀਆਂ ਵੀ ਆਰਗਨਾਈਜ਼ਿੰਗ ਅੱਛੀ ਹੋਣੀ ਕਿ ਕੋਈ ਵੀ ਮਹਿਫਲ ਅੱਜ ਦਿਨ ਤੱਕ ਨਾਕਾਮ ਕੋਈ ਹੋਈ। ਜੀ ਸੰਦਕਨੋ ਜੀ, ਬ੍ਰਿਟਿਸ਼ ਪਾਕਿਸਤਾਨ ਨੈਟਵਰਕ ਅਤੇ PK ਨਿਊਜ਼, ਫੇਸਬੁੱਕ ਔਰ ਯੂਟਿਊਬ ਚੈਨਲ ਔਰ ਟਿਕਟਾਕ। ਅੱਜ ਤੁਸੀਂ ਪਤਾ ਕਿ ਬਰਮਿੰਘਮ ਵਿੱਚ ਇੱਕ ਮਹਿਫਲ ਸੀ ਰਾਜਾ ਬਿਲਾਲ ਹਾਦਮ ਸਾਹਿਬ ਨੇ ਔਰ ਚੌਧਰੀ ਯਾਸਰ ਮਨਜ਼ੂਰ ਸਾਹਿਬ ਨੇ। ਤੁਸੀਂ ਇਸ ਵੀਡੀਓ ਵਿੱਚ ਤੱਕ ਸੋ ਤੁਸੀਂ ਪਤਾ ਸੀ ਕਿ ਕੈਸੀ ਤਾਰੀਖੀ ਮਹਿਫਲ ਹੋਈ, ਸਾਂ ਲਿਖਿਆ ਸੀ ਤਾਰੀਖੀ, ਔਰ ਅਲਹਮਦੁਲਿਲਾ ਮਾੜੀ ਟੀਮ ਨਾਲ ਜਿਸ ਤਰੀਕੇ ਨਾਲ ਵਰਕ ਸੀ, ਜਿਤਨੀ ਹੀ ਮਾੜੀ ਟੀਮ ਸੀ, ਔਰਗਨਾਈਜ਼ਰ ਕਮੇਟੀ ਸਾਰੀ ਸੀ। ਇੰਟਰਵਿਊ ਛੋੜ ਜਾ ਕੇ ਸਾਹਮਣ ਨਾਲ ਸਿਰਫ ਹੋਣ ਮੇਰਾ ਛੋਟਾ ਮਾੜਾ ਭਰਾ ਰਾਜਾ ਬਿਲਾਲ ਹਾਦਮ, ਜਿਸ ਨੇ ਵਾਸਤਾ ਮਹਿਫਲ ਸਜਾਈ ਗਈ ਸੀ ਜਿਹੜਾ ਪਾਕਿਸਤਾਨ ਤੋਂ ਆਇਆ ਹੋਇਆ ਸਾ, ਔਰ ਬਰਮਿੰਘਮ ਇੱਕ ਵਾਰ ਫਿਰ ਸਾਬਤ ਕੀਤਾ ਕਿ ਬਿਲਾਲ ਨਾਲ ਕਿੰਨਾ ਪਿਆਰ ਕਰਨਾ। ਜਿਤਨੀਆਂ ਬਿਲਾਲ ਜਾਂ ਬਰਮਿੰਘਮ ਮਹਿਫਲਾਂ ਹੋਈਆਂ, ਤਾਰੀਖ ਸਾਧਨ ਮਹਿਫਲਾਂ ਹੋਈਆਂ, ਅੱਜ ਦੀ ਮਹਿਫਲ ਵਿੱਚ ਕੋਈ ਐਸੀ ਜਗ੍ਹਾ ਨਹੀਂ ਸੀ ਜਿੱਥੇ ਬੰਦੇ ਬਹਿ ਨਾ ਸਕਣ, ਕੁਝ ਬੰਦੇ ਗਲੀ ਵਿੱਚ ਖਤਰੇ। ਤਮਾਮ ਉਹਨਾਂ ਦੋਸਤਾਂ ਦਾ ਸ਼ੁਕਰੀਆ ਜਿਹੜੇ ਦੋਸਤ ਦੂਰ ਦਰਾਜ਼ ਚੋਂ ਆਏ, ਸਾਡੀ ਮਹਿਫਲ ਕਮਯਾਬ ਕੀਤੀ, ਨੌ ਮਾੜੀ ਗੁਨਾਜ਼ਰ ਕਮੇਟੀ ਸਾਰੀ ਨਾਲ ਬਹੁਤ ਸ਼ੁਕਰੀਆ ਜਿਹਨਾਂ ਔਰਗਨਾਈਜ਼ ਕਰਨ ਵਿੱਚ ਪੂਰੇ ਭਰਪੂਰ ਸਾਥ ਦਿੱਤਾ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਭਾਈ ਯਾਸਰ ਨਾਲ, ਕਿ ਬੜੀ ਖੁਸ਼ੀ ਹੋਈ ਕਿ ਸਾਡੇ ਸਟੇਜਾਂ ਪਰ ਅਰਸ਼ੀ ਤਾਂ ਤੁਸੀਂ ਅੱਜ ਪਰਫਾਰਮ ਕੀਤਾ, ਔਰ ਅੱਜ ਯਾਸਰ ਮਨਜ਼ੂਰ ਸਾਂ ਕਿ ਉਹ ਨਜ਼ਰ ਆਇਆ ਜਿਹੜਾ 97-98 ਜਿਹਦੇ ਨਾਲ ਮਹਿਫਲ ਕਰਨਾ ਆਉਣਾ ਸਾ, ਔਰ ਅਸਾਂ ਨਾਜ਼ਰੀਨ ਕੀ ਦੱਸਿਆ ਸੀ ਕਿ ਇਨਸ਼ਾਅੱਲਾ ਭਾਈ ਯਾਸਰ ਭਰਪੂਰ ਤਰੀਕੇ ਨਾਲ ਐਂਟਰੀ ਕਰ ਸਨ, ਔਰ ਇਨਸ਼ਾਅੱਲਾ ਇਸ ਤੋਂ ਬਾਅਦ ਸਾਡੀਆਂ ਸਟੇਜਾਂ ਦੀਆਂ ਰੌਣਕਾਂ ਬਣ ਸਨ। ਕਿਹਦਾ ਲਗਾ ਪਹਿਲਾਂ ਮਹਿਫਲ ਕਰੀਦਾ? ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਸਾਰਿਆਂ ਤੋਂ ਪਹਿਲਾਂ ਤਾਂ ਤੁਸਾਂ ਨਾਲ, ਤੁਸਾਂ ਸਾਰੀ ਟੀਮ ਨਾਲ ਨਿਹਾਇਤ ਮਸ਼ਕੂਰ ਹਾਂ। ਬਹੁਤ ਅੱਛੀ ਮਹਿਫਲ ਹੋਈ, ਗੈਦਰਿੰਗ ਵੀ ਮਾਸ਼ਾਅੱਲਾ ਬਹੁਤ ਜ਼ਬਰਦਸਤ ਸੀ। ਦੇਖੋ ਮਹਿਫਲਾਂ ਬੰਦਿਆਂ ਨਾਲ ਲਾਉਣੀਆਂ, ਕੋਈ ਸ਼ੱਕ, ਪਰ ਪਾਰਟੀਸਪੇਟ ਉਹ ਕਰਨ ਆਪਣੇ ਸਹੀ, ਖਾਲੀ ਇਹ ਨਹੀਂ ਹੋਣਾ, ਕਮ ਅਜ਼ ਕਮ ਹਾਹੂ ਉਸਤਾਦ ਕਾਜ਼ੀ ਫਰੀਦ ਦਰਾਣੀ ਉਹਨੇ ਇੱਕ ਯਾਦ ਇੱਥੇ ਅਸਾਂ ਵਾਸਤੇ ਕਰਿਆ ਕਰੋ, ਯਾਦ ਹਾਹੂ, ਅਤੇ ਇਸ ਬਾਰੇ ਪਿੱਛੇ ਬੰਦੇ ਥੋੜ੍ਹੇ ਜਿਹੇ ਐਪਰੀਸ਼ੀਏਟ ਕਰਾਂ ਫਿਰ ਮਜ਼ਾ ਆਸਣਾ, ਅਤੇ ਬਹੁਤ ਮਜ਼ਾ ਆਇਆ, ਇੰਜੋਏ ਕੀਤਾ ਅਸਾਂ। ਗੈਦਰਿੰਗ ਕੈਸੀ ਸੀ? ਕੋਈ ਸ਼ੱਕ ਨਹੀਂ ਬੰਦੇ ਵਾਲੇ ਸੀ, ਬਰਮਿੰਘਮ ਵਿੱਚ ਅਕੈਡਮੀ 'ਚ ਬੰਦੇ ਤਰੀਆਂ ਚੱਲਣ ਤੋਂ ਘੱਟ, ਪਰਨੀਸ਼ ਨੇ ਮੈਂ ਹਾਜ ਇਨਸ਼ਾਅੱਲਾ ਅਕੈਡਮੀ ਪਰਸਾਂ, ਠੀਕ ਹੈ ਨਾ? ਨਾ ਅਲਹਮਦੁਲਿਲਾ, ਬੜਾ ਬਿਹਤਰੀਨ ਹੋਇਆ, ਸਭ ਕੁਝ ਬਹੁਤ ਜ਼ਬਰਦਸਤ ਸਮਾ ਅਲਹਮਦੁਲਿਲਾ। ਅਤੇ ਆਖਰ ਭਰੇ ਬਾਓ ਕਿ ਜਿਹੜੀ ਸਾਡੀ ਔਰਗਨਾਈਜ਼ਰ ਕਮੇਟੀ ਸੀ, ਜਿਤਨੀ ਤੁਸੀਂ ਪਤਾ ਮਾੜੀ ਮੀਡੀਆ ਟੀਮ ਹੈ, ਕਿਉਂਕਿ ਇੱਕ ਦੋਸਤਾਂ ਮੈਂ ਨਾਂ ਸਮਾਰੋ ਕਿੰਨਾ ਕਾਫੀ ਟਾਈਮ ਲੱਗੇ ਸਾਰਿਆਂ ਨਾਲ, ਕੁਛ ਨਾਮ ਨਹੀਂ ਸੋਈ ਕਿ ਅਦਲੇ ਸਾਰੀ ਵਿਊਜ਼ ਨਹੀਂ ਹੋਣੀ, ਪਰ ਲੜਕੀਆਂ ਸਾਰਿਆਂ ਨਾਲ, ਸਾਰਿਆਂ ਵਾਲੇ ਦੋਸਤਾਂ ਨਾਲ ਕੰਮ ਕਸਾ ਲਗਾ, ਜਿਸ ਤਰੀਕੇ ਨਾਲ ਤੁਸੀਂ ਪਤਾ ਕਿ ਜਿਸ ਦਿਨ ਅਸਾਂ ਪੂਰਾ ਪ੍ਰੋਗਰਾਮ ਔਰਗਨਾਈਜ਼ ਕੀਤਾ, ਸਾਰੇ ਆਪਣੇ ਡਿਊਟੀ ਦੇਣੇ ਪਸੰਦ, ਸਾਰੇ ਕੋਈ ਆਪਣੇ ਦੋਸਤਾਂ ਕਿਤਾਬ ਦੇਣੇ ਪਸੰਦ, ਉਹਨਾਂ ਨਾਲ ਕੰਮ ਕਸਾ ਲਗਾ। ਮਾਸ਼ਾਅੱਲਾ ਜੀ, ਅਲਫਾਜ਼ ਕੋਈ ਨਹੀਂ ਕਿ ਮੈਂ ਬਿਆਨ ਕਰਾਂ, ਸਪੈਸ਼ਲੀ ਸ਼ੇਰਖਾਨ ਦੀ ਦੀਆਂ ਮਹਿਫਲਾਂ ਅੱਜ ਕੱਲ੍ਹ ਤਾਂ ਤੁਸੀਂ ਆਪ ਵੀ ਬਜ਼ਾਤੇ ਖੁਦ ਸ਼ੌਕ ਰੱਖਣੇ ਤੱਕਣੇ ਰਹਿਣੇ ਹੋ, ਤਾਂ ਅਸਾਂ ਵੀ ਚੰਗੀਆਂ ਮਾੜੀਆਂ ਤੱਕਣੇ ਹੀ ਰਹਿਣੇ ਆ। ਅਲਫਾਜ਼ ਕੋਈ ਨਹੀਂ, ਔਰ ਇੰਨਾ ਹਰ ਲਿਹਾਜ਼ ਨਾਲ ਜਿਹੜਾ ਨਾ ਕਿ ਕੋਈ ਕਸਰ ਨਹੀਂ ਛੋੜੀ। ਸ਼ੁਕਰੀਆ ਜੀ। ਜਿਸ ਵੇਲੇ ਬਿਲਾਲ ਨਹੀਂ ਸਾਂ ਮਹਿਫਲ ਬਰਮਿੰਘਮ ਰੱਖੀ, ਅਲਹਮਦੁਲਿਲਾ, ਚਾਹੇ ਰਿਜਨ ਪਾਕ ਆਲ ਹੋਇਆ, ਚਾਹੇ ਰੂਨੀਨ ਅਕੈਡਮੀ ਹੋਈ, ਚਾਹੇ ਡਾਇਮੰਡ ਸਵੀਟ ਹੋਇਆ, ਐਲੀਗੈਂਸ ਸਵੀਟ ਹੋਇਆ, ਬੰਦਿਆਂ ਗੁੱਡ ਰਿਸਪੋਂਸ ਦਿੱਤਾ। ਉਸਨੇ ਵਜ੍ਹਾ ਆ ਕਿ ਦੇਖੋ ਅਸਾਂ ਬਰਮਿੰਘਮ ਜਿਹੜਾ ਨੇ ਅਸਾਂ ਹਰ ਜਗ੍ਹਾ ਹਰ ਦੋਸਤਾਂ ਨੇ ਮਹਿਫਲ ਸ਼ਿਰਕਤ ਕਰਨਾ, ਬਿਲਕੁਲ ਖੁਸ਼ ਮਾੜੀ ਜਿਹੜੀ ਟੀਮ ਹੈ, ਮੀਡੀਆ ਟੀਮ, ਅਰਸ਼ਦ ਕਿਆਨੀ ਸਾਹਿਬ, ਭਾਈ ਚੌਧਰੀ ਸਾਜਦ ਸੱਲੂ ਸਾਹਿਬ, ਇਦਨਾ ਨਾਜ ਸਾਹਿਬ, ਰਾਹਤ ਕਿਆਨੀ ਸਾਹਿਬ, ਔਰ ਜਿਤਨੀ ਹੀ ਮਾੜੀ ਮੀਡੀਆ ਟੀਮ ਹੈ, ਕਿਉਂਕਿ ਸਾਰਿਆਂ ਦੋਸਤਾਂ ਨਾਲ ਅਸਾਂ ਦੋਸਤ ਸਾਰਿਆਂ ਜਗ੍ਹਾ ਜਾਣੇ ਹਾਂ, ਕਿਸੇ ਨੇ ਮਹਿਫਲ ਮਿਸ ਨਾ ਕਰਨਾ, ਜਿਹੜਾ ਸੰਗੀਤ ਉਸਾਂ ਇੱਜ਼ਤ ਦੇਣਾ, ਉਸਨੂੰ ਕੋਸ਼ਿਸ਼ ਕਰਿਆ, ਉਸਕੀ ਭਰਪੂਰ ਤਰੀਕੇ ਨਾਲ ਅੱਛੇ ਤਰੀਕੇ ਇੱਜ਼ਤ ਦਿਆਂ, ਉਸਨੇ ਪ੍ਰੋਗਰਾਮ ਜਾਂ ਉਸਨੇ ਪ੍ਰੋਗਰਾਮ ਚਾਹੁੰਦਾ। ਅੱਜ ਮਹਿਫਲ, ਕਿਉਂਕਿ UK ਤੋਂ ਕਾਫੀ ਮਹਿਫਲਾਂ ਕੀਤੀਆਂ, ਤਾਂ ਅੱਜ ਨਹੀਂ ਮਹਿਫਲ ਨੇ ਵਾਲ ਨਾਲ ਬਿਲਖਸੂਸ ਓਨਸ ਰਿਵਿਊ ਦੇਣੇ ਆਪਣੇ। ਆਊਜ਼ ਬਿਲਾਹ ਮਿਨ ਸ਼ੈਤਾਨਿਰ ਰਜੀਮ, ਬਿਸਮਿਲ੍ਲਾਹਿ ਰਹਿਮਾਨਿਰ ਰਹੀਮ, ਸਾਰਿਆਂ ਦੋਸਤਾਂ ਕੀ ਸਭ ਤੋਂ ਪਹਿਲਾਂ ਸਲਾਮ ਪੇਸ਼ ਹੈ। ਉਸ ਤੋਂ ਬਾਅਦ ਜਿਹੜੀ ਅੱਜ ਮਹਿਫਲ ਜਿੱਥੇ ਤੱਕ ਗੱਲ ਹੈ,
ਬੰਡਲ ਆਫ ਥੈਂਕਸ ਆਲ ਆਰਗਨਾਈਜ਼ਰ ਜਿਤਨੇ ਦੋਸਤ ਬੇਪਨਾਹ ਰਿਸਪੈਕਟ ਮਿਲੀ ਔਰ ਬਹੁਤ ਜ਼ਿਆਦਾ ਗੈਦਰਿੰਗ ਸੀ ਬਹੁਤ ਅੱਛਾ ਪ੍ਰੋਗਰਾਮ ਹੋਇਆ ਯਕੀਨ ਕਰੋ ਕਿ ਬਿਲਕੁਲ ਨਹੀਂ ਸੀ ਪਤਾ ਲੱਗਣਾ ਜੇ ਅਸਾਂ ਪਾਕਿਸਤਾਨ ਹਾਂ ਜਾਂ UK 'ਚ ਹਾਂ ਕਿ ਜਿਸ ਤਰ੍ਹਾਂ ਸਾਜ਼ਾਂ ਨੇ ਵੀ ਸੈਟਿੰਗ ਸੀ ਜਿਸ ਤਰ੍ਹਾਂ ਸਾਊਂਡ ਚੱਲਣਾ ਸੀ ਪਿਆ ਜਾਂ ਜਿਸ ਤਰ੍ਹਾਂ ਕਿਉਂ ਜੇ ਬਿਲਖਸੂਸ ਅੱਜ ਮੈਨੂੰ ਇਹ ਚੀਜ਼ ਵੀ ਅੱਛੀ ਲੱਗੀ ਕਿ ਸਭ ਤੋਂ ਜ਼ਿਆਦਾ ਸ਼ੇਰਾਂ ਨੇ ਸੁਣੀਆਂ ਸਨ ਹੋਣੀ ਤਾਂ ਮਹਿਫਲ ਸ਼ੇਰਖਾਨੀ ਹੈ ਨਾ ਕਿ ਸ਼ੇਰਖਾਨ ਸ਼ੇਰ ਪੜ੍ਹਨ ਖਾਲੀ ਬਈ ਹੋਰ ਚੀਜ਼ ਘੱਟ ਪੜ੍ਹਨ ਟਾਈਮ ਨਹੀਂ ਮੁਨਾਸਬਤ ਨੇ ਮੁਤਾਬਕ ਸਾਰੀਆਂ ਚੀਜ਼ਾਂ ਇੱਥੇ ਪੇਸ਼ ਕੀਤੀਆਂ ਗਈਆਂ ਲੇਕਿਨ ਬਹੁਤ ਮਜ਼ਾ ਆਇਆ ਅਤੇ ਮਜ਼ੇ ਚੀਜ਼ ਜਿੱਥੇ ਤੱਕ ਤੁਸੀਂ ਬਰਮਿੰਘਮ ਦੀ ਗੱਲ ਕਰਨੇ ਹੋ ਪਏ ਉਸ ਨਾਲ ਮੈਂ ਆਨਸਰ ਕਰਨਾ ਆ ਕਿ ਸ਼ੁਕਰ ਅਲਹਮਦੁਲਿਲਾ ਮੈਂ ਅੱਲਾ ਨਿਜ਼ਾਤ ਪਾਕ ਨਾਲ ਲੱਖ ਲੱਖ ਸ਼ੁਕਰ ਅਦਾ ਕਰਨਾ ਆ 2015 ਵਿੱਚ ਫਸਟ ਟਾਈਮ ਮੈਂ UK ਵਿੱਚ ਆਇਆ ਸਾਂ 2015 ਸੁੱਕਣੀ ਅਤੇ 2024 ਜਾਣਾ ਪਿਆ ਅੱਲਾ ਨੇ ਹੁਕਮੇ ਨਾਲ ਅੱਜ ਦਿਨ ਤੱਕ ਜਿਤਨੀਆਂ ਵੀ ਤੁਸਾਂ ਰਾਜਾ ਅਫਜ਼ਾਲ ਕਿਆਨੀ ਔਰ ਜਿਤਨੀ ਤੁਸਾਂ ਨਾਲ ਟੀਮ ਹੈ ਸਾਰੀ ਇਤਨਾ ਤੁਸਾਂ ਨੇ ਤਕਰੀਬਨ ਆਰਗਨਾਈਜ਼ਿੰਗ ਅੱਛੀ ਹੋਣੀ ਕਿ ਕੋਈ ਵੀ ਮਹਿਫਲ ਅੱਜ ਦਿਨ ਤੱਕ ਨਾਕਾਮ ਕੋਈ ਹੋਈ ਅਤੇ ਦੂਈ ਗੱਲ ਸਭ ਤੋਂ ਮੇਨ ਚੀਜ਼ ਹੋਣੀ ਉਸ ਆਖਿਆ ਨੀਅਤ ਸਾਫ਼ ਮੰਜ਼ਲ ਆਸਾਨ ਅੱਲਾ ਕੇ ਦੁਆ ਕਰਨੀ ਚਾਹੀਦੀ ਐਫਰਟ ਵੀ ਕਰਨੀ ਚਾਹੀਦੀ ਹੈ ਅਤੇ ਨੀਅਤ ਸਾਫ਼ ਰੱਖਣੀ ਚਾਹੀਦੀ ਹੈ ਤਾਂ ਅੱਲਾ ਤਾਲਾ ਮਦਦ ਕਰਨਾ ਥੈਂਕ ਯੂ ਵੈਰੀ ਮੱਚ ਜੀ ਬਿਲਾਲ ਸਾਹਿਬ ਨੇ ਗੁਫ਼ਤਗੂ ਸੁਣੀ ਅੱਜ ਮੇਰੇ ਭਾਈ ਨਾਲ ਗਾਲਬਨ UK 18-19 ਪ੍ਰੋਗਰਾਮ ਔਰ ਜ਼ਬਰਦਸਤ UK ਨਾਲ ਟੂਰ 2024 ਨਾਲ ਜਿਸ ਵੇਲੇ ਬਿਲਾਲ ਲਿਆ ਲੋਕਾਂ ਬੇਪਨਾਹ ਸਕੀਮਾਂ ਪਤਾ ਦਿੱਤੀਆਂ ਸਾਨੂੰ ਵੀ ਕੋਸ਼ਿਸ਼ ਹੋਣੀ ਆਪਣੇ ਭਰਾ ਨੂੰ ਸਪੋਰਟ ਕਰਾਂ ਦੋਸਤ ਵੀ ਸਾਰੇ ਸਕੀ ਸਪੋਰਟ ਕਰਨੇ ਔਰ ਕਿਉਂਕਿ UK ਸਾਨੂੰ ਪਤਾ ਲੋਕਾਂ ਕੋਲ ਟਾਈਮ ਬੜਾ ਘੱਟ ਲਾਉਣਾ ਹੋਰ ਵੀ ਬੜੇ ਸ਼ੁਮਾਰ ਸ਼ਰਖਾਨ ਆਏ ਲੇਕਿਨ ਮਾੜੇ ਭਰਾ ਉਹਨਾਂ ਸੰਗੀ ਫਖਰ ਆ ਕਿ ਅਲਹਮਦੁਲਿਲਾ ਜਿਹੜਾ ਵੀ ਟੂਰ ਜਾਣਾ ਕਮਯਾਬ UK ਦੋ ਟਾਈਮ ਮਿਲਣੇ ਸੀ ਕਿ ਬਾਈ ਪ੍ਰੋਗਰਾਮ ਕਰ ਜਾਣਾ ਇਹ ਵੀ ਇੱਕ ਰਿਕਾਰਡ ਹੈ ਥੈਂਕ ਯੂ ਵੈਰੀ ਮੱਚ ਮੈਂ ਸਿਰਫ ਦੋ ਗੱਲਾਂ ਬੜੇ ਪਰਿਸ਼ਦ ਕਹਿਣ ਸਾਹਿਬ ਨਾਲ ਕਰ ਸਾਂ ਦੋ ਹੀ ਗੱਲਾਂ ਕਰ ਸਾਂ ਸਾਜੀ ਸਲੂ ਸਾਹਿਬ ਨਾਲ ਜ਼ਿਸ਼ਾਨ ਸਾਹਿਬ ਨਾਲ ਅਤੇ ਸ਼ੁਕਰ ਅਲਹਮਦੁਲਿਲਾ ਕਿ ਮੈਂ ਜਾਂ ਵੀ ਆਇਆ ਹਾਂ ਆਲ ਓਵਰ UK ਨੇ ਜਿਤਨੇ ਦੋਸਤ ਹੈ ਕਿ ਬਰਮਿੰਘਮ ਕਿ ਹੋਰਨਾ ਟੋਨਾ ਸਾਰਿਆਂ ਜਿੱਥੇ ਬੇਪਨਾਹ ਇੱਜ਼ਤ ਮਿਲੀ ਬੇਪਨਾਹ ਮੁਹੱਬਤ ਮਿਲੀ ਤਕਰੀਬਨ ਕੋਈ ਵੀ ਐਸਾ ਪ੍ਰੋਗਰਾਮ ਨਹੀਂ ਹੋਇਆ ਜਿਹੜਾ ਅੱਲਾ ਨੇ ਹੁਕਮੇ ਨਾਲ ਫੇਲ ਹੋਈ ਗਿਆ ਵੈ ਜਾਂ ਕੁਛ ਨੇ ਬਾਰੇ ਕੋਈ ਬੰਦਾ ਗੱਲ ਕਰੀ ਸਕਿਆ ਯਾਰਾ ਬੰਦੇ ਕੋਈ ਨਹੀਂ ਸਨ ਜਾਂ ਸ਼ੇਰ ਮਾੜੇ ਬੋਲੇ ਨੇ ਜਾਂ ਕੋਈ ਐਸੀ ਗੱਲ ਅਤੇ ਸਭ ਤੋਂ ਪਹਿਲਾਂ ਮੈਂ ਜਿਹੜੀ ਚੀਜ਼ ਹੈ ਕਿ ਮੈਂ ਅੱਲਾ ਤਾਲਾ ਦੀ ਜ਼ਾਤ ਪਾਕ ਨਾਲ ਸ਼ੁਕਰ ਅਦਾ ਕਰਨਾ ਆ ਅਤੇ ਦੁਆ ਥੈਂਕ ਯੂ ਮੈਂ ਕਰਨਾ ਆ ਆਲ ਓਵਰ UK ਨੇ ਜਿਤਨੇ ਦੋਸਤ ਸਾਡੇ ਨਾਲ ਜਿਤਨੀ ਜਿਤਨੀ ਮੁਹੱਬਤ ਕਰਨੇ ਬਹੁਤ ਸ਼ੁਕਰੀਆ ਜ਼ੇਰ ਸਰਪ੍ਰਸਤੀ ਮੇਰੇ ਬੜੇ ਭਾਈ ਰਾਜਾ ਅਰਸ਼ਦ ਕਿਆਨੀ ਸਾਹਿਬ ਰਾਜਾ ਅਬਦੁਲ ਗਫਾਰ ਸਾਹਿਬ ਰਾਤ ਕਿਆਨੀ ਸਾਹਿਬ ਫਿਰ ਦੋ ਸਾਜੀ ਸਲੂ ਸਾਹਿਬ ਕੋਲ ਸ਼ਾਂਤ ਪੁੱਛੀ ਨਾਲ ਵੀਡੀਓ ਕਾਲ ਕਰ ਸਾਂ ਕਿਆਨੀ ਸਾਹਿਬ ਕੈਸਾ ਰਿਸਪੋਂਸ ਰਿਹਾ ਬਿਸਮਿਲ੍ਲਾਹ ਰਹਿਮਾਨ ਰਹਿਮ ਜੀ ਸਾਰਿਆਂ ਕੋਲ ਪਹਿਲਾਂ ਮੈਂ ਤਮਾਮ ਤੁਸੀਂ ਜਿਹੜੀ ਮੀਡੀਆ ਸੀ ਸਾਡੀ ਮੀਡੀਆ ਸੀ ਸਾਰਿਆਂ ਕੋਲ ਮੈਂ ਉਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਸ਼ਾਬਾਸ਼ ਦੇਣਾ ਤਾਂ ਬਹੁਤ ਅੱਛਾ ਔਰਗਨਾਈਜ਼ ਕੀਤਾ ਸਾਰਾ ਉਹਨਾਂ ਕੀ ਸਾਹ ਨਹੀਂ ਦਿੱਤਾ ਸਾਰਾ ਸਾਹ ਨਹੀਂ ਕਿਹਾ ਦਿੱਤਾ ਤਾਂ ਬਾਕੀ ਜਿਤਨੇ ਵੀ ਸਾਡੇ ਮਹਿਮਾਨ ਚਾਹੇ ਉਹ ਅਫਜ਼ਾਲ ਕਿਰਨ ਸਾਹਿਬ ਨਾਲ ਸੀ ਚਾਹੇ ਮੇਰੇ ਸੀ ਚਾਹੇ ਜਿਸਨੇ ਵੀ ਸੀ ਸਾਰੇ ਦੋਸਤ ਜਿੱਥੋਂ ਜਿੱਥੋਂ ਦੂਰ ਦੂਰ ਤੋਂ ਆਏ ਅਸੀਂ ਸਾਰੇ ਉਹਨਾਂ ਨੂੰ ਬਹੁਤ ਹੀ ਮਸ਼ਹੂਰ ਹਾਂ ਅਸਾਂ ਉਹਨਾਂ ਨਾਲ ਥੈਂਕਸ ਕਰਨੇ ਹੋਵੇ ਉਹਨਾਂ ਸਾਡੇ ਵਾਸਤੇ ਕੀਮਤੀ ਟਾਈਮ ਕੱਢਿਆ ਦੱਸੋ ਕਿਸਾ ਰਿਸਪੋਂਸ ਰਿਹਾ ਭਾਈ ਬਿਲਾਲ ਉਹਨਾਂ ਪ੍ਰੋਗਰਾਮ ਹੋਇਆ ਜਾਂ ਭਾਈ ਯਾਸਰ ਉਹਨਾਂ ਦਾ ਫਿਰ ਆਵਾਮ ਦਾ ਲਾਜ਼ਮ ਹੋਈ ਜਾਣਾ ਅਸੀਂ ਬੰਦਿਆਂ ਅਕੈਡਮੀ ਨਹੀਂ ਪਾਉਣਾ ਅਕੈਡਮੀ ਚਲੋ ਅਸਾਂ ਬੜਾ ਬੋਲਣਾ ਬੋਲੇ ਵੀਡੀਓ ਤੱਕ ਹੀ ਕਹਿੰਦੇ ਸੀ ਸਾਰਿਆਂ ਦੋਸਤਾਂ ਭਰਾ ਨਾਲ ਜਿਹੜੇ ਦੂਰੋਂ ਨਜ਼ਦੀਕ ਸੋ ਆਏ ਉਹਨਾਂ ਨੂੰ ਸ਼ੁਕਰੀਆ ਅਦਾ ਕਰਨੇ ਹਾਂ ਤਾਂ ਅਸਾਂ ਜਿਹੜੀ ਟੀਮ ਸੀ ਉਸਦੀ ਤਾਰੀਫ ਅਸਾਂ ਆਪੋ ਨਾ ਕਰਨੇ ਜ਼ਬਰਦਸਤ ਪ੍ਰੋਗਰਾਮ ਦੋ ਭਰਾ ਕੀਤਾ ਹੈ ਜੀ ਅਸੀਂ ਖੁਸ਼ੀ ਹੋਈ ਹੈ ਤਾਂ ਇਨਸ਼ਾਅੱਲਾ ਅੱਛੇ ਨੇ ਟਾਈਮ ਹੈ ਵੀ ਅਸਾਂ ਸਪੋਰਟ ਫੁੱਲ ਇਹਨਾਂ ਨਾਲ ਹੈ ਦੋ ਖੁਸ਼ੀਆਂ ਸਾਡੇ ਵਾਸਤੇ ਸਾਡੀ ਕਮਯਾਬ ਮਹਿਫਲ ਹੋਈ ਸਾਡੇ ਦੋਸਤਾਂ ਨੇ ਘਰ ਪੁੱਤਰ ਵੀ ਹੋਇਆ ਰਾਜਾ ਉਸਮਾਨ ਸਾਹਿਬ ਬਾਕੀ ਜਿਹਨਾਂ ਦੋਸਤਾਂ ਨੂੰ ਕੋਈ ਲੋਕਾਂ ਸ਼ਾਇਦ ਮਾਂ ਨਾ ਰਹੀ ਆ ਮਾਦਰ ਦੱਸੋ ਮਹਿਫਲਾਂ 'ਚ ਦੇਖਿਆ ਸਾਂ ਕੰਮ ਕਰਨੇ ਪਸਾਂ ਐਫਰਟ ਕਰ ਰਹੇ ਸਾਰੇ ਦੋਸਤ ਤੁਸਾਂ ਨੇ ਕੈਸੀ ਫੀਡਬੈਕ ਆਇਆ ਆਪਣੇ ਸਭ ਤੋਂ ਪਹਿਲਾਂ ਸਰ ਸੱਚੀ ਸਹੀ ਗੱਲ ਦੱਸਾਂ ਜੈਸੇ ਮੈਂ ਵਾਲੀ 'ਚ ਆਇਆ ਨਾ ਮੈਨੂੰ ਇਹ ਲੱਗਾ ਕਿ ਆਲ ਬੜਾ ਤਾਂ ਬੰਦੇ ਥੇ ਕੋਈ ਸਹੀ ਗੱਲ ਅਤੇ ਉਸ ਤੋਂ ਬਾਅਦ ਜਦੋਂ ਬੰਦੇ ਹੱਸਣੇ ਗਏ
ਤੇ ਅਸਾਂ ਆਹਿਸਤਾ 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 ਤੇ ਕਹਿ ਰਿਹਾ ਕਿਉਂਕਿ ਅਸਾਂ ਮੇਜ਼ਬਾਨ ਸਾਂ, ਮਹਿਮਾਨਾਂ ਕੀ ਜਗ੍ਹਾ ਦੇਣੀ ਸੀ ਤੇ ਅਲਹਮਦੁਲਿਲਾ ਕਾਫੀ ਅੱਛਾ ਔਰਗਨਾਈਜ਼ ਰਿਹਾ। ਅਸਾਂ ਅਗਰ ਇੱਕ ਬੰਦੇ ਕੀ ਕ੍ਰੈਡਿਟ ਦਿਓ ਤਾਂ ਇਹ ਚੀਜ਼ ਗਲਤ ਹੈ। ਸਾਰਿਆਂ ਟੀਮ ਵਰਕ ਕੀਤਾ, ਸਾਰਿਆਂ ਆਪਣੀ ਨੀਅਤ ਨਾਲ ਕੰਮ ਕੀਤਾ ਤੇ ਅਲਹਮਦੁਲਿਲਾ ਕੋਈ ਮੈਸਅਪ ਨਹੀਂ ਹੋਇਆ, ਸਾਰਾ ਕੰਮ ਠੀਕ ਗਿਆ। ਸਟੇਜ ਤੋਂ ਕੀ ਠੀਕ ਹੈ ਬੈਕ ਤੱਕ ਸਾਰਾ ਇਹ ਸ਼ਾਹ ਸਾਹਿਬ ਜੀ ਜਰਮਨ ਡੋਰ ਨੇ ਮੈਨੇਜਰ ਵੀ ਹੈ, ਮੈਨੇਜਮੈਂਟ ਸਾਰੀ ਇਹਨਾਂ ਨੇ ਸੀ, ਖਾਣੇ ਪੀਣੇ ਦੀ। ਅਗਰ ਕੋਈ ਬੰਦੇ ਖਾਣਾ ਥੋੜ੍ਹੀ ਗਿਆ ਤਾਂ ਇਸਾ ਕੀ ਕੋਈ ਥੱਲੇ ਫੀਡਬੈਕ ਦਿਆ ਮੈਂ ਕਿਹਾ ਦਿਆ ਕਿਉਂਕਿ ਇਸ ਨਹੀਂ ਸੀ ਮਾੜੀ ਸਟੇਜ ਹਾਲ ਸੀ ਮੈਨੇਜਮੈਂਟ ਇਸ ਨਹੀਂ ਸੀ ਕਿਉਂਕਿ ਮੈਨੇਜਰ ਸਾਹਿਬ ਸਨ। ਥੈਂਕ ਯੂ ਐਨੀ ਵੇ ਗੱਬ ਲਾਉਣੇ ਸਾਂ ਜੀ, ਬਹੁਤ ਸ਼ੁਕਰੀਆ ਵਨਸ ਅਗੇਨ। ਅਸਾਂ ਆਪਣੀ ਪੂਰੀ ਟੀਮਾਂ ਜਿੰਨੀ ਉਗਰਾਜ਼ਰ ਟੀਮ ਸੀ, ਮੈਂ ਜਿਸ ਤਰੀਕੇ ਨਾਲ ਦੱਸਿਆ ਕਿ ਮੋਹਤਰਮ ਭਾਈ ਬੜੇ ਰਾਜਾ ਸ਼ਿਦਕਿਆਨੀ ਸਾਹਿਬ, ਚੌਧਰੀ ਸਾਜੇ ਸੱਲੂ ਸਾਹਿਬ, ਰਾਜਾ ਦਨਾਨ ਨਾਜ ਸਾਹਿਬ, ਬੜੇ ਭਾਈ ਰਾਜਾ ਅਬਦੁਲ ਗਫਾਰ ਸਾਹਿਬ ਔਰ ਜਿਤਨੀ ਪੀ ਕੇ ਨਿਊਜ਼ ਨੀ ਮੀਡੀਆ ਟੀਮ ਸੀ, ਸਾਰਿਆਂ ਦੀ ਭਾਈ ਰਾਤ ਔਰ ਜਿਤਨੇ ਦੂਰ ਦਰਾਜ਼ ਮਹਿਮਾਨ ਆਏ ਸਨ, ਤਮਾਮ ਦੋਸਤਾਂ ਦਾ ਸ਼ੁਕਰੀਆ। ਅਗਰ ਤੁਸਾਂ ਕਿ ਸਾਡੀ ਮਹਿਫਲ ਪਸੰਦ ਆਈ, ਸਾਡੇ ਸਾਰਿਆਂ ਦੋਸਤਾਂ ਨੂੰ ਐਫਰਟ ਪਸੰਦ ਆਈ ਤਾਂ ਤੁਸਾਂ ਆਪਣੀ ਫੀਡਬੈਕ ਦਿੰਦੇ ਆ। ਅੱਲਾ ਨਗਬਾਨ, ਅਸਲਾਮ ਵਾਲੇ।